हां जी अज 13 पोह चढ़िया 27 दिसंबर 13 पोह दा दिन चढ़िया सारी सिख कौम इस दिन नूं बड़े दर्द नाल बड़े दुख नाल बतीत करदी जिस दे अंदर भी दिल है जिस दे अंदर भी प्यार है जिस दे अंदर भी इश्क है इमोशन है जज्बात है वो इस दिन नूं वैराग विच वजद विच आके लगाउंदा हो नहीं सकदा कि 13 पोह होवे ते गुरु गोबिंद सिंह नूं प्यार करन वाले दी अख विच पानी ना होवे ए हो नहीं सकदा 12 पोह दी कचहरी लगी हुक्म हो गया साहबजादियां नूं नीहां विच चिण के शहीद कर दिता जावे हालांकि शरा विच ਇਹ ਲਿਖਿਆ ਹੈ ਕਿ ਨਿੱਕੇ ਬੱਚਿਆਂ ਨੂੰ ਸ਼ਹੀਦ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਰਾਜੇ ਕਾਜੀ ਬਾਦਸ਼ਾਹ ਜੱਜ ਇਕੱਠੇ ਹੋ ਜਾਂਦੇ ਨੇ ਨਾ ਫਿਰ ਬੜੀ ਭੈੜੀ ਤਾਣੀ ਬੁਣਦੇ ਨੇ ਬੜਾ ਭੈੜਾ ਜਾਲ ਬੁਣਦੇ ਨੇ ਉਹਨਾਂ ਨੇ ਫਿਰ ਐਸਾ ਜਾਲ ਬਣਾਇਆ ਉੱਥੇ ਫਿਰ ਕਿਹਾ ਸੀ ਸੁੱਚਾ ਆਨੰਦ ਨੇ ਬੱਚਿਆਂ ਨੂੰ ਨੀਹਾਂ ਵਿੱਚ ਨਹੀਂ ਚਿਣਿਆ ਜਾ ਸਕਦਾ ਪਰ ਇੱਥੇ ਬੱਚੇ ਨਾ ਲਿਖੋ ਇੱਥੇ ਲਿਖੋ ਸੱਪ ਦੇ ਸਪੋਲੀਆਂ ਦੀਆਂ ਸਰੀਆਂ ਫੇ ਦਿੱਤੀਆਂ ਕੱਲ ਨੂੰ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏਗਾ ਹੁਕਮ ਹੋ ਗਿਆ ਕਚਹਿਰੀ ਬਰਖਾਸਤ ਹੋ ਗਈ ਸਾਹਿਬਜ਼ਾਦੇ ਵਾਪਸ ਘਰ ਆ ਗਏ ਘਰ ਮਤਲਬ ਬੁਰਜ ਵਿੱਚ ਵਾਪਸ ਆ ਗਏ ਭੱਜ ਕੇ ਮਾਤਾ ਗੁਜਰ ਕੌਰ ਜੀ ਨੂੰ ਮਿਲੇ ਮਾਤਾ ਜੀ ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏਗਾ ਮਾਤਾ ਜੀ ਕਹਿਣ ਲੱਗੇ ਨੀਹਾਂ 'ਚ ਚਿਣਨਗੇ ਮਾਰ ਥੋੜਾ ਦੇਣਗੇ ਤੇ ਬਸ ਉਹ ਸਮਾਂ ਆਇਆ ਫਿਰ 13 ਪੋਹ ਦਾ ਮਾਤਾ ਜੀ ਨੇ ਸਵੇਰੇ ਸਵੇਰੇ ਸਾਹਿਬਜ਼ਾਦਿਆਂ ਨੂੰ ਉਠਾਇਆ ਮੂੰਹ ਧੁਆਇਆ ਅੱਜ ਦਸਤਾਰਾਂ ਕੱਢੀਆਂ ਕੇਸਰੀ ਕਮਰ ਕੱਸੇ ਨੀਲੇ ਚੋਲੇ ਮਾਤਾ ਜੀ ਨੇ ਸਜਾਏ ਮਾਤਾ ਜੀ ਆਹ ਕੱਪੜੇ ਤੇ ਤੁਸੀਂ ਪਹਿਲਾਂ ਸਾਨੂੰ ਪਵਾਏ ਹੀ ਨਹੀਂ ਮਾਤਾ ਜੀ ਕਹਿੰਦੇ ਅੱਜ ਵਾਲੇ ਦਿਨ ਲਈ ਸਾਂਭ ਕੇ ਰੱਖੇ ਸੀ ਇਹ ਖਾਸ ਦਿਨ ਹੈ ਤੇ ਅੱਜ ਵਾਲੇ ਦਿਨ ਲਈ ਖਾਸ ਕੱਪੜੇ ਤੁਹਾਨੂੰ ਪਵਾਉਣੇ ਮਾਤਾ ਜੀ ਨੇ ਤਿਆਰ ਕਰਕੇ ਦੋਵਾਂ ਦੇ ਹੱਥ ਜਿਵੇਂ ਬੀਬੀਆਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਜਾਣ ਵੇਲੇ ਟਿੱਕਾ ਲਾ ਦਿੰਦੀਆਂ ਮੇਰੇ ਪੁੱਤ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ ਮਾਤਾ ਜੀ ਨੇ ਦੋਨਾਂ ਬੱਚਿਆਂ ਦੇ ਹੱਥ ਇਦਾਂ ਚਿਹਰੇ ਆਪਣੇ ਹੱਥਾਂ 'ਚ ਲੈ ਕੇ ਮਾਤਾ ਜੀ ਕਹਿੰਦੇ ਮੇਰੇ ਬੱਚੇ ਤੇ ਬੜੇ ਹੀ ਸੋਹਣੇ ਐ ਪਰ ਅੱਜ ਤੇ ਬਹੁਤੇ ਹੀ ਖੱਬਦੇ ਬਹੁਤੇ ਹੀ ਪਿਆਰੇ ਲੱਗਦੇ ਸੱਚੀ ਗੁਰੂ ਗੋਬਿੰਦ ਸਿੰਘ ਵਰਗੀ ਨੁਹਾਰ ਹੈ ਮੇਰੇ ਪੋਤੇ ਮੇਰੇ ਪੁੱਤ ਵਰਗੇ ਨੇ ਇਹਨਾਂ ਦੇ ਚਿਹਰਿਆਂ ਚੋਂ ਗੁਰੂ ਗੋਬਿੰਦ ਸਿੰਘ ਦਿਸਦਾ ਹੈ ਇਹਨਾਂ ਦੀਆਂ ਅੱਖਾਂ ਕਲਗੀਆਂ ਵਾਲੇ ਵਰਗੀਆਂ ਨੇ ਇਹਨਾਂ ਦਾ ਨੱਕ ਗੁਰੂ ਗੋਬਿੰਦ ਸਿੰਘ ਵਰਗਾ ਹੈ ਇਹਨਾਂ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਵਰਗਾ ਹੈ ਤਿਆਰ ਕਰਕੇ ਮਾਤਾ ਜੀ ਤੋਰਨ ਲੱਗੇ ਹੁਣ ਸਾਹਿਬਜ਼ਾਦੇ ਕਹਿੰਦੇ ਨੇ ਮਾਤਾ ਜੀ ਚੱਲੇ ਆ ਤੁਹਾਡੇ ਤੋਂ ਦੂਰ ਪਰ ਉੱਚੇ ਖੜ ਕੇ ਵੇਖਿਓ ਤੁਸੀਂ ਇੱਥੇ ਖਲੋ ਕੇ ਵੇਖਿਓ ਸਾਨੂੰ ਤੁਹਾਨੂੰ ਨਜ਼ਰ ਆਉਣਾ ਚਾਹੀਦਾ ਉਸ ਸਮੇਂ ਨੂੰ ਨਰਵੈਰ ਦੀ ਕਲਮ ਨੇ ਬੜਾ ਸੋਹਣਾ ਬਿਆਨ ਕੀਤਾ ਹੈ ਨਕਸ਼ਾ ਖਿੱਚਿਆ ਹੈ ਤੇ ਛੋਟੇ ਬੱਚੇ ਨੇ ਇਹ ਕਵਿਤਾ ਗਾਈ ਹੈ
ਆ ਲਾਈਨਾਂ ਸੁਣਨਾ ਜਰਾ ਧਿਆਨ ਨਾਲ ਤੇ ਮਹਿਸੂਸ ਵੀ ਕਰਨਾ ਕਿਉਂਕਿ ਜਿੰਨਾ ਚਿਰ ਅਸੀਂ ਮਹਿਸੂਸ ਨਹੀਂ ਨਾ ਕਰਦੇ ਆਪਣੇ ਤੇ ਹੰਡਾ ਕੇ ਨਹੀਂ ਵੇਖਦੇ ਉਹਨਾਂ ਚਿਰ ਫੀਲ ਨਹੀਂ ਬਣਦੀ ਜਦੋਂ ਗੱਲ ਬੱਚਿਆਂ ਦੀ ਹੋਵੇ ਸਾਹਿਬਜ਼ਾਦਿਆਂ ਦੀ ਹੋਵੇ ਤੇ ਆਪਣੇ ਬੱਚਿਆਂ ਨੂੰ ਯਾਦ ਕਰਨਾ ਹੈ ਜੇ ਸਾਡੇ ਚੱਲੇ ਹੁੰਦੇ ਫਿਰ ਕੀ ਬਣਦਾ ਜੇ ਸਾਡੇ ਸਦਾ ਲਈ ਅੱਖੀਆਂ ਤੋਂ ਦੂਰ ਹੋ ਜਾਂਦੇ ਫਿਰ ਕੀ ਬਣਦਾ ਏਅਰਪੋਰਟਾਂ ਤੇ ਲੋਕੀ ਕਿਵੇਂ ਰੋਂਦੇ ਆ ਨਾਲੇ ਪਤਾ ਹੈ ਸਾਡੇ ਬੱਚਿਆਂ ਨੇ 2 ਸਾਲ ਬਾਅਦ ਮੁੜ ਆਉਣਾ ਹੈ ਪੀਆਰ ਹੋਣਗੇ 2-3 ਸਾਲਾਂ ਬਾਅਦ ਮੁੜ ਆਉਣਗੇ ਪਰ ਜੇ ਪਤਾ ਹੋਵੇ ਕਦੇ ਵਾਪਸ ਹੀ ਨਹੀਂ ਮੁੜਨਾ ਫਿਰ ਕੀ ਬਣੇ 2 ਸਾਲ ਲਈ ਜਾਣਾ ਹੁੰਦਾ ਹੈ ਫਿਰ ਵੀ ਲੋਕ ਤਾਹਾਂ ਮਾਰ-ਮਾਰ ਕੇ ਏਅਰਪੋਰਟਾਂ ਤੇ ਰੋਂਦੇ ਆ ਤੇ ਜਿਨ੍ਹਾਂ ਦੇ ਸਦਾ ਲਈ ਚੱਲੇ ਹੋਣ ਕਿੱਡਾ ਜਿਗਰਾ ਚਾਹੀਦਾ ਤਨ ਮਾਂ ਗੁਜਰੀ ਤੇ ਜਦੋਂ ਤੁਰਨ ਲੱਗੇ ਫਿਰ ਸਾਹਿਬਜ਼ਾਦੇ ਕਹਿੰਦੇ ਆ ਜਦੋਂ ਹੋ ਗਏ ਦਾਦੀ ਮਾਏ ਤੇਰੀ ਅੱਖੀਆਂ ਤੋਂ ਦੂਰ ਨਹੀਂ ਉੱਚੇ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਨਹੀਂ ਮੇਰੀ ਦਾਦੀਏ ਉੱਚੇ ਬੁਰਜ ਤੇ ਖੜ ਕੇ ਵੇਖੀ ਤੇਰੇ ਪੋਤੇ ਕਿੱਦਾਂ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਲਓ ਵੀਰੋ ਭਰਾਵੋ ਭੈਣੋ ਸਾਰੀ ਕਵਿਤਾ ਬੜੇ ਪਿਆਰ ਨਾਲ ਲਿਖੀ ਹੈ ਪਿਆਰ ਨਾਲ ਗਾਉਣੀ ਹੈ ਤੁਸੀਂ ਸੁਣਨੀ ਵੀ ਹੈ ਬਾਕੀਆਂ ਨੂੰ ਸੁਣਾਉਣੀ ਵੀ ਹੈ ਇਹਨੂੰ ਅੱਗੇ ਵੀ ਪਹੁੰਚਾਉਣਾ ਹੈ ਵੀਡੀਓ ਸੁਣ ਕੇ ਸ਼ੇਅਰ ਕਰਨੀ ਹੈ ਤਾਂ ਜੋ ਹੋਰ ਵੀ ਇਹਦਾ ਲਾਹਾ ਲੈ ਸਕਣ ਉਸ ਸਮੇਂ ਨੂੰ ਮਹਿਸੂਸ ਕਰ ਸਕਣ ਆਓ ਬੜੇ ਪਿਆਰ ਨਾਲ ਸੁਣਿਓ ਸਾਹਿਬਜ਼ਾਦੇ ਕਹਿਣ ਲੱਗੇ ਇਹ ਮਾਂ ਅੱਖੀਆਂ ਤੋਂ ਦੂਰ ਹੋਵਾਂਗੇ ਪਰ ਤੂੰ ਦੂਰ ਖੜ ਕੇ ਸਾਨੂੰ ਵੇਖੀ ਜਰਾ ਬੱਚੇ ਵੱਲੋਂ ਗਾਈ ਹੋਈ ਕਵਿਤਾ ਹੈ ਪਿਆਰ ਨਾਲ ਸਰਵਣ ਕਰਿਓ ਲਵਪ੍ਰੀਤ ਸਿੰਘ ਹਾਂਜੀ ਜਦੋਂ ਹੋ ਗਏ ਦਾਦੀ ਮਾਏ ਜਦੋਂ ਹੋ ਗਏ ਦਾਦੀ ਮਾਏ ਤੇਰੀ ਅੱਖੀਆਂ ਤੋਂ ਦੂਰ ਨਹੀਂ ਉੱਚੇ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਨਹੀਂ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਨਹੀਂ ਜਦੋਂ ਹੋ ਗਏ ਦਾਦੀ ਮਾਏ ਤੇਰੀ ਅੱਖੀਆਂ ਤੋਂ ਦੂਰ ਨਹੀਂ ਉੱਚੇ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਦੇਖੀ ਤੇਰੀ ਸਿੱਖਿਆ ਤੇ ਪੂਰੇ ਕਿੰਜ ਲਵਾਂਗੇ ਜੋ ਸਿੱਖਿਆ ਦਿੱਤੀ ਹੈ ਉਹਦੇ ਤੇ ਪੂਰੇ ਲਵਾਂਗੇ ਅਸੀਂ ਅਗਲੀਆਂ ਲਾਈਨਾਂ ਕੀ ਨੇ ਸੁਣੋ ਦੇਖੀ ਤੇਰੀ ਸਿੱਖਿਆ ਤੇ ਪੂਰੇ ਕਿੰਜ ਲਵਾਂਗੇ ਜ਼ੁਲਮ ਹਰੇਕ ਉਹਦਾ ਹੱਸ ਹੱਸ ਸੁਣਾਂਗੇ ਦੇਖੀ ਤੇਰੀ ਸਿੱਖਿਆ ਤੇ ਪੂਰੇ ਕਿੰਜ ਲਵਾਂਗੇ ਜ਼ੁਲਮ ਹਰੇਕ ਉਹਦਾ ਹੱਸ ਹੱਸ ਸੁਣਾਂਗੇ ਜਦੋਂ ਚੜਿਆ ਹੋਵੇਗਾ ਤੇਰੇ ਪਿਆਰ ਦਾ ਸਰੂਰ ਨਹੀਂ ਉੱਚੇ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਨਹੀਂ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਨਹੀਂ
ਦੇਖੀ ਤੇਰੀ ਸਿੱਖਿਆ ਤੇ ਪੂਰੇ ਕਿੰਜ ਲਵਾਂਗੇ ਜ਼ੁਲਮ ਹਰੇਕ ਉਹਦਾ ਹੱਸ ਹੱਸ ਸਵਾਂਗੇ ਜਦੋਂ ਚੜਿਆ ਹੋਵੇਗਾ ਤੇਰੇ ਪਿਆਰ ਦਾ ਸਰੂਰ ਨੀ ਉੱਚੇ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਅੱਗੇ ਕੀ ਕਹਿੰਦੇ ਆ ਆਖ ਦਈ ਅਜੀਤ ਨੂੰ ਉਡੀਕ ਬੜੀ ਕਰੀ ਸੀ ਪੈਂਦੀ ਨਾਲੇ ਅੱਖ ਵਿੱਚ ਚੀਸ ਮੇਰੇ ਬੜੀ ਸੀ ਉਹ ਵੱਟੀ ਵੱਜਣ ਕਰਕੇ ਅੱਖ ਵਿੱਚ ਚੀਸ ਪੈਂਦੀ ਸੀ ਫਤਿਹ ਸਿੰਘ ਹੋਣੀ ਕਹਿੰਦੇ ਆ ਦਾਦੀਏ ਚੱਲਿਆਂ ਤੇ ਅਜੀਤ ਸਿੰਘ ਨੂੰ ਸਾਡਾ ਸੁਣਿਆ ਦਿਓ ਜੇ ਮਿਲੇ ਤੇ ਉਹਨਾਂ ਨੂੰ ਸਾਡੀ ਇਹ ਗੱਲ ਜ਼ਰੂਰ ਆਖਿਓ ਕੀ ਕਹਿਣਾ ਹੈ ਜਰਾ ਸੁਣੋ ਹਾਂਜੀ ਆਖ ਦਈ ਅਜੀਤ ਨੂੰ ਉਡੀਕ ਬੜੀ ਕਰੀ ਸੀ ਪੈਂਦੀ ਨਾਲ ਅੱਖ ਵਿੱਚ ਚੀਸ ਮੇਰੇ ਬੜੀ ਸੀ ਆਖ ਦਈ ਅਜੀਤ ਨੂੰ ਉਡੀਕ ਬੜੀ ਕਰੀ ਸੀ ਪੈਂਦੀ ਨਾਲ ਅੱਖ ਵਿੱਚ ਚੀਸ ਮੇਰੇ ਬੜੀ ਸੀ ਵੱਟੀਆਂ ਚਕਾਉਂਦੇ ਪਏ ਸੀ ਲੋਕ ਖੜੇ ਉੱਚੇ ਬੁਰਜਾਂ ਤੋਂ ਖੜੇ ਦੇਖੀ ਨੀਹਾਂ ਨੂੰ ਜ਼ਰੂਰ ਨੀ ਬੁਰਜਾਂ ਤੋਂ ਖੜੇ ਦੇਖੀ ਨੀਹਾਂ ਨੂੰ ਜ਼ਰੂਰ ਆਖ ਦਈ ਅਜੀਤ ਨੂੰ ਉਡੀਕ ਬੜੀ ਕਰੀ ਸੀ ਪੈਂਦੀ ਨਾਲੇ ਅੱਖ ਵਿੱਚ ਚੀਸ ਮੇਰੇ ਬੜੀ ਸੀ ਵੱਟੀਆਂ ਚਲਾਉਂਦੇ ਪਏ ਸੀ ਲੋਕ ਖੜੇ ਦੂਰ ਨੀ ਉੱਚੇ ਬੁਰਜਾਂ ਚੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਅਗਲੀਆਂ ਲਾਈਨਾਂ ਵੀ ਪਿਤਾ ਜੀ ਵੀ ਖੌਰੇ ਕਿਹੜੀ ਗੱਲੋਂ ਮਜਬੂਰ ਨੇ ਆਏ ਨਹੀਂ ਅਸੀਂ ਉਡੀਕ ਬਹੁਤ ਕਰਦੇ ਰਹੇ ਹਾਂਜੀ ਪਿਤਾ ਜੀ ਵੀ ਖੋਰੇ ਕਿਹੜੀ ਗੱਲੋਂ ਮਜਬੂਰ ਨੇ ਸਿਰਸਾਂ ਪੈੜੀ ਨੇ ਸਾਰੇ ਕਿਤੇ ਦੂਰ ਦੂਰ ਨੇ ਸਿਰਸਾਂ ਪੈੜੀ ਨੇ ਸਾਰੇ ਕਿਤੇ ਦੂਰ ਦੂਰ ਨੇ ਅੱਜ ਪੈਣਾ ਏ ਸ਼ਹੀਦੀਆਂ ਦੇ ਬੂਟੇ ਤਾਈ ਬੂਰਨੀ ਉੱਚੇ ਬੁਰਜਾਂ ਤੋਂ ਖੜ ਦੇਖੀ ਬੁਰਜਾਂ ਤੋਂ ਖੜ ਦੇਖੀ ਨੀਹਾਂ ਨੂੰ ਜ਼ਰੂਰ ਨੀ ਲਿਖੀ ਸੱਚੋ ਸੱਚ ਨਿਰਵੈਰ ਸਾਰੀ ਦਾਸਤਾਂ ਸੋਹਣੇ ਕੰਨ ਲਾ ਕੇ ਜਿਹੜਾ ਸ਼ਹਿਰ ਸਾਰੀ ਦਾਸਤਾਂ ਲਿਖੀ ਸੱਚੋ ਸੱਚ ਨਿਰਵੈਰ ਸਾਰੀ ਦਾਸਤਾਂ ਸੋਹਣੇ ਕੰਨ ਲਾ ਕੇ ਜਿਹੜਾ ਸ਼ਹਿਰ ਸਾਰੀ ਦਾਸਤਾਂ ਹਾਂਜੀ ਅੱਗੇ ਦੇਖੀ ਪੰਨ ਦੇ ਹਾਂ ਕਿਵੇਂ
ਸੂਬੇ ਖਾਨ ਦਾ ਗਰੂਰ ਨੀ ਉੱਚੇ ਬੁਰਜਾਂ ਤੋਂ ਖੜ ਦੇਖੀ ਨਿਹਾਲੋਂ ਜ਼ਰੂਰ ਨੀ ਬੁਰਜਾਂ ਤੋਂ ਖੜ ਦੇਖੀ ਨਿਹਾਲੋਂ ਜ਼ਰੂਰ ਨੀ ਜਦੋਂ ਹੋ ਗਏ ਦਾਦੀ ਤੇਰੀ ਅੱਖੀਆਂ ਤੋਂ ਦੂਰ ਨੀ ਉੱਚੇ ਬੁਰਜਾਂ ਤੋਂ ਖੜ ਦੇਖੀ ਨਿਹਾਲੋਂ ਜ਼ਰੂਰ ਨੀ ਬੁਰਜਾਂ ਤੋਂ ਖੜ ਦੇਖੀ